ਕੀ ਗੱਲ ਪਾਗਲ ਹੋ ਗਈ ਹੈ, ਜਾਨ ਦੇਣ ਲੱਗੀ ਸੀ ਆਪਣੀ ਆਪਣੀ ਜਾਨ ਨੂੰ ਇੰਨਾ ਸਸਤਾ ਸਮਝਦੀ ਹੈ, ਆਪਣੇ ਮਾਂ ਬਾਪ ਨੂੰ ਪੁੱਛ ਕੇ ਦੇਖ ਆਪਣੀ ਜਾਨ ਦੀ ਕੀਮਤ। ਛੱਡ ਦੋ ਮੈਨੂੰ, ਤੁਹਾਨੂੰ ਕੁਛ ਨਹੀਂ ਪਤਾ ਮੈਂ ਬਹੁਤ ਮਜਬੂਰ ਹਾਂ, ਮੈਂ ਮਰ ਜੂੰਗੀ ਨਾ ਤਾਂ ਸਾਰੀ ਮੁਸੀਬਤ ਹੀ ਖਤਮ ਹੋ ਜਾਏਗੀ। ਚੱਲ ਆ ਸਾਈਡ 'ਤੇ, ਮੈਨੂੰ ਆਪਣਾ ਸਾਰਾ ਦੁੱਖ ਦੱਸ, ਜੇ ਮੈਂ ਤੇਰਾ ਹੱਲ ਨਾ ਕਰ ਪਾਈ ਤਾਂ ਨਹਿਰ ਕੋਲ ਹੀ ਹੈ, ਫਿਰ ਤੂੰ ਆਜ਼ਾਦ ਹੈ, ਜੋ ਕਰਨਾ ਹੋਏਗਾ ਕਰ ਲਈ। ਚੱਲ ਹੁਣ ਤੂੰ ਮੈਨੂੰ ਦੱਸ ਕੀ ਗੱਲ ਹੈ। ਦੀਦੀ ਮੈਂ ਨਾ ਕੰਪਨੀ 'ਚ ਜੌਬ ਕਰਦੀ ਸੀ। ਸਰ ਮੈਂ ਇੱਦਾਂ ਦੀ ਕੁੜੀ ਨਹੀਂ ਹਾਂ, ਸਰ ਪਲੀਜ਼ ਤੁਸੀਂ ਮੇਰੇ ਨਾਲ ਇੱਦਾਂ ਦੀਆਂ ਗੱਲਾਂ ਨਾ ਕਰਿਆ ਕਰੋ। ਸਰ ਪਲੀਜ਼ ਮੈਂ ਬਹੁਤ ਗਰੀਬ ਘਰ ਤੋਂ ਹਾਂ ਅਤੇ ਸਾਡੇ ਗਰੀਬਾਂ ਕੋਲ ਇੱਕ ਇੱਜ਼ਤ ਹੀ ਹੁੰਦੀ ਹੈ, ਪਲੀਜ਼ ਤੁਸੀਂ ਇੱਦਾਂ ਨਾ ਕਰੋ ਸਰ। ਦੀਦੀ ਹੁਣ ਦੱਸੋ ਮੈਂ ਕੀ ਕਰਾਂ। ਇਸ ਗੱਲ ਪਿੱਛੇ ਹੁਣ ਤੂੰ ਆਪਣੇ ਆਪ 'ਤੇ ਕੁਛ ਕਰ ਲੇਂਗੀ। ਦੀਦੀ ਹੋਰ ਕੋਈ ਰਸਤਾ ਵੀ ਤਾਂ ਨਹੀਂ ਹੈਗਾ, ਮੈਂ ਸੋਚਿਆ ਸੀ ਪੜ੍ਹ ਲਿਖ ਕੇ ਜੌਬ ਕਰਕੇ ਆਪਣੇ ਪਾਪਾ ਦਾ ਸਹਾਰਾ ਬਣੂੰਗੀ ਅਤੇ ਆਪਣੇ ਭੈਣਾਂ ਦਾ ਵਿਆਹ ਕਰਵਾਊਂਗੀ। ਪਰ ਦੀਦੀ ਇਹ ਦੁਨੀਆ ਬਹੁਤ ਜ਼ਾਲਿਮ ਹੈ, ਕਿਸੇ ਦੀ ਮਜਬੂਰੀ ਦਾ ਫਾਇਦਾ ਚੁੱਕਣ 'ਚ ਮਿੰਟ ਨਹੀਂ ਲਾਉਂਦੀ। ਤੂੰ ਚੁੱਪ ਕਰ ਜਾ, ਰੋ ਨਾ, ਇਹਦਾ ਵੀ ਹੱਲ ਹੈਗਾ ਮੇਰੇ ਕੋਲ। ਦੀਦੀ ਮੈਂ ਪੁਲਿਸ ਸਟੇਸ਼ਨ ਨਹੀਂ ਜਾਊਂਗੀ ਕਿਉਂਕਿ ਮੇਰੇ ਪਾਪਾ ਮੈਨੂੰ ਕਦੇ ਜੌਬ ਨਹੀਂ ਕਰਨ ਦੇਣਗੇ। ਨਹੀਂ ਨਹੀਂ ਪੁਲਿਸ ਸਟੇਸ਼ਨ ਕਿਉਂ ਜਾਣਾ, ਮੇਰੇ ਹਸਬੈਂਡ ਬਹੁਤ ਚੰਗੇ ਨੇ, ਉਹ ਤੇਰੀ ਹੈਲਪ ਜ਼ਰੂਰ ਕਰਨਗੇ, ਮੈਂ ਉਹਨਾਂ ਨੂੰ ਕਹਾਂਗੀ। ਦੀਦੀ ਉਹ ਕਿੱਦਾਂ ਹੈਲਪ ਕਰਨਗੇ? ਮੇਰੇ ਹਸਬੈਂਡ ਨਾ ਬਹੁਤ ਵੱਡੀ ਕੰਪਨੀ 'ਚ ਜੌਬ ਕਰਦੇ ਨੇ ਅਤੇ ਮੈਂ ਉਹਨਾਂ ਨੂੰ ਕਹਾਂਗੀ ਤੈਨੂੰ ਉੱਥੇ ਜੌਬ ਲਵਾ ਦੇਣਗੇ ਅਤੇ ਜਿੱਥੇ ਤੂੰ ਕੰਮ ਕਰ ਰਹੀ ਹੈ ਉੱਥੇ ਰਿਜ਼ਾਈਨ ਦੇ ਦੇ। ਅੱਛਾ ਦੀਦੀ, ਦੀਦੀ ਤੁਸੀਂ ਇੱਕ ਵਾਰ ਉਹਨਾਂ ਨੂੰ ਪੁੱਛ ਲਓ ਕਿ ਉਹ ਮੇਰੀ ਜੌਬ ਲਗਵਾ ਦੇਣਗੇ। ਮੇਰੇ ਹਸਬੈਂਡ ਮੈਨੂੰ ਬਹੁਤ ਪਿਆਰ ਕਰਦੇ ਨੇ ਔਰ ਮੇਰੀ ਗੱਲ 'ਤੇ ਉਹ ਕਦੇ ਵੀ ਨਹੀਂ ਮੋੜਦੇ। ਨਹੀਂ ਨਹੀਂ ਦੀਦੀ, ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਦੀ ਕੰਪਨੀ 'ਚ ਮੇਰੇ ਲਈ ਜੌਬ ਖਾਲੀ ਵੀ ਤਾਂ ਹੋ। ਤੂੰ ਆਪਣਾ ਬਾਇਓਡਾਟਾ ਲੈ ਕੇ ਨਾ ਸਿੱਧਾ ਕੱਲ੍ਹ ਮੇਰੇ ਘਰ ਆ ਜੀ, ਮੇਰੇ ਹਸਬੈਂਡ ਦੀ ਵੀ ਛੁੱਟੀ ਹੋਣੀ ਹੈ। ਥੈਂਕ ਯੂ ਦੀਦੀ। ਸੋਰੀ ਦੀਦੀ ਮੈਂ ਤੁਹਾਡਾ ਨਾਮ ਪੁੱਛਣਾ ਤਾਂ ਭੁੱਲ ਹੀ ਗਈ। ਅਸੀਂ ਵੀ ਕਿੰਨੀਆਂ ਪਾਗਲਾਂ ਨਾ, ਦੋਨੋਂ ਕਿਸ ਟਾਈਮ ਦੀਆਂ ਗੱਲਾਂ ਮਾਰੀ ਜਾ ਰਹੀਆਂ ਅਤੇ ਇੱਕ ਦੂਸਰੀ ਦਾ ਨਾਮ ਤਾਂ ਪੁੱਛਿਆ ਹੀ ਨਹੀਂ। ਮੇਰਾ ਨਾਮ ਸੋਨੀ ਜੀ, ਮੈਂ ਖੁਸ਼ੀ। ਚੱਲ ਹੁਣ ਮੈਨੂੰ ਆਪਣਾ ਨੰਬਰ ਦੇ, ਮੈਂ ਤੈਨੂੰ ਐਡਰੈਸ ਵਟਸਐਪ ਕਰਾਂ। ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀਗੀ, ਰਾਤੀ ਵੀ ਤੁਸੀਂ ਬੜੇ ਲੇਟ ਆਏ ਹੋ। ਇੱਕ ਕੁੜੀ ਹੈ, ਉਹਨੂੰ ਨਾ ਤੁਹਾਡੀ ਕੰਪਨੀ 'ਚ ਜੌਬ ਲਗਵਾਉਣਾ। ਕੌਣ ਆ ਕੁੜੀ? ਉਹ ਨਾ ਮੇਰੀ ਨਵੀਂ ਫਰੈਂਡ ਬਣੀ ਹੈ। ਹੁਣ ਦੱਸੋ ਤੁਸੀਂ ਜੌਬ ਲਗਵਾ ਦੋਗੇ ਨਾ ਆਪਣੀ ਕੰਪਨੀ 'ਚ ਉਹਦੀ? ਦੇਖ ਲਓ ਮੈਂ ਉਹਦੇ ਨਾਲ ਪ੍ਰੋਮਿਸ ਕੀਤਾ। ਚੱਲ ਠੀਕ ਹੈ, ਜਦੋਂ ਕੁੜੀ ਆਉਂਦੀ ਹੈ ਨਾ ਉਹਦੇ ਡਾਕੂਮੈਂਟਸ ਚੈੱਕ ਕਰ ਲੈਂਦਾ ਅਤੇ ਫਿਰ ਉਹਨੂੰ ਵੇਖਦਾ ਕਿੱਥੇ ਸੈੱਟ ਕਰਾ ਸਕਦਾ। ਵੈਸੇ ਵੀ ਸਾਨੂੰ ਇੱਕ ਕੁੜੀ ਦੀ ਲੋੜ ਤਾਂ ਹੈ ਹੀ ਹੈ ਕੰਪਨੀ ਵਿੱਚ, ਕਿਉਂਕਿ ਨਾ ਜਿਹੜੀ ਪਹਿਲੇ ਵਾਲੀ ਸੀ ਨਾ ਉਹ ਬਹੁਤ ਤੰਗ ਕਰਨ ਲੱਗ ਗਈ ਹੈ। ਚਲਾ ਜਾ ਖੁਸ਼ੀ। ਡਾਕੂਮੈਂਟਸ ਖੁਸ਼ੀ, ਇਹਨਾਂ ਬਾਰੇ ਮੈਨੂੰ ਜ਼ਿਆਦਾ ਨੌਲੇਜ ਨਹੀਂ ਹੈਗੀ। ਮੈਂ ਨਾ ਇਹਨਾਂ ਨਾਲ ਗੱਲ ਕੀਤੀ ਸੀਗੀ, ਉਹ ਕਹਿੰਦੇ ਕੋਈ ਨਹੀਂ ਮੈਂ ਕਿਧਰੇ ਨਾ ਕਿਧਰੇ ਤੇਰੀ ਜੌਬ ਜ਼ਰੂਰ ਪੱਕੀ ਕਰ ਦਾਂਗਾ।
ਉਹ ਆਪ ਹੀ ਆ ਕੇ ਦੇਖ ਲੈਣਗੇ, ਠੀਕ ਹੈ? ਹੁਣੇ ਆਉਂਦੇ ਹੀ ਹੋਣੇ ਨੇ। ਸਰ ਤੁਸੀਂ? ਸਰ ਇਹ ਤੁਹਾਡਾ ਘਰ ਹੈ? ਖੁਸ਼ੀ, ਤੂੰ ਜਾਣਦੀ ਹੈ ਇਹਨਾਂ ਨੂੰ? ਦੱਸ ਫਿਰ ਕੀ ਸੋਚਿਆ, ਕਦੋਂ ਮਿਲ ਰਹੀ ਹੈ? ਸਰ ਮੈਂ ਇੱਦਾਂ ਦੀ ਕੁੜੀ ਨਹੀਂ ਆ। ਦੇਖ ਲੈ, ਮੇਰੀ ਗੱਲ ਮੰਨ ਲੇਗੀ, ਫਾਇਦੇ 'ਚ ਰਹੇਗੀ, ਪ੍ਰਮੋਸ਼ਨ ਦਵਾ ਦਾਂਗਾ। ਸਰ ਪਲੀਜ਼ ਤੁਸੀਂ ਮੇਰੇ ਨਾਲ ਇੱਦਾਂ ਦੀਆਂ ਗੱਲਾਂ ਨਾ ਕਰਿਆ ਕਰੋ। ਜੇ ਤੂੰ ਮੇਰੀ ਗੱਲ ਨਾ ਮੰਨੀ ਨਾ, ਤਾਂ ਤੇਰੇ 'ਤੇ ਇਹੋ ਜਿਹਾ ਇਲਜ਼ਾਮ ਲਵਾ ਕੇ ਕੰਪਨੀ 'ਚੋਂ ਕਢਵਾਵਾਂਗਾ ਨਾ, ਦੁਬਾਰਾ ਤੈਨੂੰ ਕਿਤੇ ਜੋਬ ਨਾ ਮਿਲੇਗੀ, ਤੇਰਾ ਕਰੀਅਰ ਖਰਾਬ ਕਰ। ਹਾਂਜੀ ਦੀਦੀ, ਬਹੁਤ ਚੰਗੀ ਤਰ੍ਹਾਂ, ਇਹੀ ਨੇ ਉਹ ਜਿਨ੍ਹਾਂ ਕਾਰਨ ਮੈਂ ਮਰਨ ਲੱਗੀ ਸੀ। ਮੈਂ ਤਾਂ ਸੋਚਦੀ ਸੀ ਮੈਂ ਬੜੇ ਕਰਮਾਂ ਵਾਲੀ ਹਾਂ, ਮੇਰਾ ਹਸਬੈਂਡ ਮੈਨੂੰ ਕਦੀ ਧੋਖਾ ਨਹੀਂ ਦੇਵੇਗਾ, ਪਰ ਮੈਨੂੰ ਆ ਭਾਗਣ ਨੂੰ ਕੀ ਪਤਾ ਸੀ ਕਿ ਮੇਰੇ ਘਰ ਵਾਲਾ ਇੰਨਾ ਗੰਦਾ ਨਿਕਲੇਗਾ। ਸੋਰੀ ਸੋਨੀ, ਬਹਿ ਤੇ ਸਹੀ, ਮੈਂ ਤੈਨੂੰ ਸਾਰੀ ਗੱਲ ਦੱਸਦਾ। ਕੀ ਦੱਸੋਗੇ ਕਿ ਇੱਕ ਗਰੀਬ ਔਰ ਮਜਬੂਰ ਕੁੜੀ ਦਾ ਕਿੱਦਾਂ ਫਾਇਦਾ ਚੱਕਣਾ ਸੀ? ਕੁਛ ਨਹੀਂ ਹੈ ਤੁਹਾਡੇ ਕੋਲ ਦੱਸਣ ਲਈ। ਪਰ ਸੋਨੀ ਮੇਰੀ ਗੱਲ, ਮੈਨੂੰ ਤਾਂ ਸ਼ਰਮ ਆ ਰਹੀ ਹੈ ਤੁਹਾਨੂੰ ਆਪਣਾ ਘਰ ਵਾਲਾ ਕਹਿੰਦੇ ਹੋਏ। ਸੋਰੀ ਖੁਸ਼ੀ, ਮੈਨੂੰ ਕੀ ਪਤਾ ਸੀ ਕਿ ਜਿੰਨਾ ਹੱਥਾਂ ਨੂੰ ਮੈਂ ਮਦਦ ਵਾਲੇ ਹੱਥ ਸਮਝ ਰਹੀ ਹਾਂ, ਉਹ ਤੇਰੀ ਇੱਜ਼ਤ ਨੂੰ ਪੈ ਰਹੇ ਨੇ। ਸੋਰੀ ਦੀਦੀ, ਮੈਂ ਤੁਹਾਨੂੰ ਵੀ ਪਰੇਸ਼ਾਨ ਕਰਤਾ। ਨਾ ਖੁਸ਼ੀ, ਤੂੰ ਨਾ ਸੋਰੀ ਬੋਲ, ਤੇਰੇ ਕਰਕੇ ਮੈਨੂੰ ਇਸ ਬੰਦੇ ਦੀ ਸੱਚਾਈ ਪਤਾ ਚੱਲ ਗਈ। ਰੁਕ ਖੁਸ਼ੀ, ਕਿੱਧਰ ਜਾ ਰਹੀ ਹੈ? ਤੂੰ ਇਕੱਲੀ ਨਹੀਂ ਜਾਏਗੀ, ਮੈਂ ਵੀ ਜਾਵਾਂਗੀ ਤੇਰੇ ਨਾਲ, ਔਰ ਤੂੰ ਇਸ ਬੰਦੇ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਏਗੀ। ਦੀਦੀ, ਜੇ ਦੀਦੀ ਕਿਹਾ ਨਾ, ਫਿਰ ਦੀਦੀ ਦੀ ਗੱਲ ਵੀ ਸੁਣ, ਇਹ ਬੰਦੇ ਦੇ ਖਿਲਾਫ ਪੁਲਿਸ ਕੰਪਲੇਂਟ ਕਰਾਂਗੀ ਹਾਂ। ਤੂੰ ਇਹ ਨਾ ਸੋਚੀ ਕਿ ਤੂੰ ਇਕੱਲੀ ਹੈ, ਮੈਂ ਵੀ ਤੇਰੇ ਨਾਲ ਹਾਂ, ਔਰ ਇਹ ਬੰਦਾ ਤੈਨੂੰ ਕੰਪਨੀ 'ਚੋਂ ਕਢਵਾਉਣ ਦੀਆਂ ਧਮਕੀਆਂ ਦਿੰਦਾ ਸੀ ਨਾ। ਹੁਣ ਮੈਂ ਦੇਖਦੀ ਹਾਂ ਕੰਪਨੀ 'ਚੋਂ ਕੌਣ ਨਿਕਲਦਾ ਔਰ ਕੌਣ ਰਹਿੰਦਾ। ਚੱਲ ਆ। ਸੋਨੀ, ਮੈਨੂੰ ਇੱਕ ਵਾਰ ਮਾਫ ਕਰ ਦੇ, ਮੈਂ ਬਹਿ ਗਿਆ ਸੀ। ਇੱਕ ਧੀ ਦੇ ਪਿਓ ਹੋ ਕੇ ਕਿੱਦਾਂ ਬਹਿ ਗਏ ਤੁਸੀਂ? ਤੁਸੀਂ ਇਹ ਵੀ ਨਹੀਂ ਸੋਚਿਆ ਕਿ ਕੱਲ ਨੂੰ ਤੁਹਾਡੀ ਧੀ ਦੇ ਉੱਤੇ ਕੀ ਅਸਰ ਹੋਏਗਾ ਤੁਹਾਡੀ ਇਸ ਹਰਕਤ ਦਾ? ਸੋਰੀ ਸੋਨੀ, ਮੈਂ ਬਹੁਤ ਸ਼ਰਮਿੰਦਾ, ਮੈਂ ਤੇਰੇ ਨਾਲ ਵਾਅਦਾ ਕਰਦਾ, ਅੱਜ ਤੋਂ ਬਾਅਦ ਤੈਨੂੰ ਕਦੀ ਧੋਖਾ ਨਹੀਂ ਦਾਂਗਾ, ਪਲੀਜ਼ ਇਸ ਘਰ ਨੂੰ ਛੱਡ ਕੇ ਨਾ ਜਾ। ਤੁਸੀਂ ਮੇਰੇ ਗੁਨਾਹਗਾਰ ਬਾਅਦ ਵਿੱਚ, ਤੇ ਪਹਿਲੇ ਤੁਸੀਂ ਉਹਦੇ ਗੁਨਾਹਗਾਰ ਹੋ। ਜੇ ਤੁਹਾਨੂੰ ਉਹ ਕੁੜੀ ਮਾਫ ਕਰ ਦਿੰਦੀ ਹੈ ਨਾ, ਤੇ ਫਿਰ ਮੈਂ ਵੀ ਮਾਫ ਕਰ ਦਾਂਗੀ। ਦੀਦੀ ਛੱਡ ਦਿਓ, ਇੰਨੀਆਂ ਮਾਫੀਆਂ ਮੰਗ ਰਹੇ ਨੇ, ਸ਼ਾਇਦ ਇੰਨੀ ਹੋਣ ਤੋਂ ਬਾਅਦ ਸ਼ਰਮ ਆ ਗਈ ਹੋਣੀ। ਖੁਸ਼ੀ, ਅੱਜ ਤੋਂ ਤੂੰ ਮੇਰੀ ਛੋਟੀ ਭੈਣ ਹੈ, ਮੈਂ ਤੇ ਗੀਤ ਤੇਰੇ ਵੱਲ ਕੋਈ ਵੀ ਹੁਣ ਗਲਤ ਨਿਗਾਹ ਕਰਕੇ ਨਹੀਂ ਵੇਖ ਸਕਦਾ, ਮੈਨੂੰ ਮਾਫ ਕਰ ਦੇ ਭੈਣੇ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਬਹੁਤ ਜਗ੍ਹਾ ਤੇ ਇਹ ਚੀਜ਼ ਨੋਟਿਸ ਕੀਤੀ ਜਾਂਦੀ ਹੈ, ਜਿੱਥੇ ਵੀ ਔਰਤਾਂ ਕੰਮ ਕਰਦੀਆਂ, ਕੋਈ ਆਫਿਸ ਲਾ ਲਓ, ਕਿਤੇ ਵੀ ਲਾ ਲਓ, ਤੇ ਉਹਨਾਂ ਦਾ ਫਾਇਦਾ ਚੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਹੜੇ ਲੋਕ ਉਹਨਾਂ ਦਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦੇ ਨੇ, ਉਹ ਇਹ ਚੀਜ਼ ਨਹੀਂ ਸੋਚਦੇ ਕਿ ਜਿਹੜੀ ਉਹ ਔਰਤ ਕੰਮ ਕਰ ਰਹੀ ਹੈ ਉਹਦੇ ਪਿੱਛੇ ਉਹਦੀ ਕੋਈ ਵੱਡੀ ਮਜਬੂਰੀ ਹੋ ਸਕਦੀ ਹੈ, ਉਹ ਆਪਣੇ ਸ਼ੌਂਕ ਨੂੰ ਨਹੀਂ ਕਰ ਰਹੀ। ਔਰ ਆਪਾਂ ਵੀ ਇਸ ਚੀਜ਼ ਦੇ ਉੱਤੇ ਬਹੁਤ ਵੀਡੀਓ ਬਣਾ ਚੁੱਕੇ ਹਾਂ, ਪਤਾ ਨਹੀਂ ਸ਼ਾਇਦ ਸਾਡੀਆਂ ਉਹ ਵੀਡੀਓਜ਼ ਉਹਨਾਂ ਤੱਕ ਪੁੱਜਦੀਆਂ ਨਹੀਂ ਜਾਂ ਦੇਖ ਕੇ ਅਣਦੇਖਿਆ ਕਰਦੇ ਨੇ, ਪਰ ਸਾਨੂੰ ਕਦੀ ਵੀ ਕਿਸੇ ਵੀ ਔਰਤ ਦਾ ਨਜਾਇਜ਼ ਫਾਇਦਾ ਨਹੀਂ ਚੱਕਣਾ ਚਾਹੀਦਾ। ਜੇ ਉਹ ਬਾਹਰ ਕੰਮ ਕਰ ਰਹੀ ਹੈ ਤਾਂ ਉਹਦੇ ਪਿੱਛੇ
ਉਹਦੀ ਬਹੁਤ ਵੱਡੀ ਮਜਬੂਰੀ ਹੋਏਗੀ, ਕੋਈ ਕਾਰਨ ਹੋਏਗਾ। ਸੋ ਔਰਤਾਂ ਦੀ ਰਿਸਪੈਕਟ ਕਰੋ। ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਤੁਹਾਡਾ ਇੱਕ ਸ਼ੇਅਰ ਸਾਨੂੰ ਮੋਟੀਵੇਟ ਕਰਦਾ ਹੋਰ ਚੰਗੀਆਂ ਵੀਡੀਓ ਬਣਾਉਣ ਵਾਸਤੇ ਅਤੇ ਜਲਦ ਵੀਡੀਓ ਦੇਣ ਵਾਸਤੇ। ਵੀਡੀਓ ਨੂੰ ਲਾਈਕ ਤੁਸੀਂ ਆਪੇ ਹੀ ਕਰ ਦਿੰਦੇ ਹੋ। ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ, ਇੱਕ ਹੋਰ ਨਵੇਂ ਮੈਸੇਜ ਦੇ ਨਾਲ। ਤਾਂ ਤੱਕ ਦਿਓ ਜੀ ਇਜਾਜ਼ਤ, ਸਤਿ ਸ਼੍ਰੀ ਅਕਾਲ।